ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਫੈਟ ਟੂ ਫਿੱਟ ਦੇ ਵਿੱਚ ਜੀ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਆਪਾਂ ਨੇ ਇੱਕ ਵੇਟ ਲੂਜ਼ ਸੀਰੀਜ਼ ਆਪਾਂ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਡਾਇਟ ਤੋਂ ਲੈ ਕੇ ਵਰਕਆਊਟ ਤੱਕ ਪ੍ਰੋਪਰਲੀ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਰਹਾਂਗਾ ਵੀ ਤੁਸੀਂ ਜਿਹੜੀ ਡਾਇਟ ਆ ਕੀ ਡਾਇਟ ਲੈਣੀ ਆ, ਤੁਸੀਂ ਕੀ ਨਹੀਂ ਲੈਣਾ ਹੈਗਾ, ਕੀ ਤੁਸੀਂ ਵਰਕਆਊਟ ਕਰਨਾ, ਕੀ ਨਹੀਂ ਵਰਕਆਊਟ ਕਰਨਾ ਹੈਗਾ। ਕਈ ਮੇਰੇ ਭੈਣ ਭਰਾ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਹਿੰਦੇ ਵੀਰ ਜੀ, ਅਸੀਂ ਜਿੰਮ ਨਹੀਂ ਜਾ ਸਕਦੇ ਗੇ, ਅਸੀਂ ਘਰੇ ਹੀ ਵਰਕਆਊਟ ਕਰਨਾ ਚਾਹੁੰਦੇ ਹਾਂ, ਅਤੇ ਉਹਨਾਂ ਨੂੰ ਵੀ ਮੈਂ ਇਸ ਵੀਡੀਓ ਦੇ ਵਿੱਚ ਇਸ ਵੇਟ ਲੂਜ਼ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਦਾ ਰਹੂੰਗਾ ਵੀ ਮਤਲਬ ਤੁਸੀਂ ਜੇ ਜਿੰਮ ਦੇ ਵਿੱਚ ਨਹੀਂ ਜਾ ਸਕਦੇ ਗੇ, ਜਾਂ ਤੁਸੀਂ ਮਤਲਬ ਕਿਸੇ ਪਾਰਕ ਦੇ ਵਿੱਚ ਜਾ ਕੇ, ਜਾਂ ਫਿਰ ਤੁਸੀਂ ਘਰ ਦੇ ਵਿੱਚ ਹੀ ਉਹ ਐਕਸਰਸਾਈਜ਼ਾਂ ਕਰਕੇ ਤੁਸੀਂ ਆਪਣਾ ਬੋਡੀ ਵੇਟ ਤੁਸੀਂ ਬਹੁਤ ਛੇਤੀ ਤੁਸੀਂ ਆਪਣਾ ਬੋਡੀ ਵੇਟ ਤੁਸੀਂ ਘਟਾ ਸਕਦੇ ਹੋ। ਦੇਖੋ, ਜੇ ਤੁਸੀਂ ਬੋਡੀ ਵੇਟ ਘਟਾਉਣਾ ਨਾ, ਉਹਦੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਆ ਜਿਹੜਾ ਡਾਇਟ ਆ, ਹੈ ਨਾ। ਦੇਖੋ, ਤਿੰਨ ਚਾਰ ਚੀਜ਼ਾਂ ਨੇ, ਨੰਬਰ ਇੱਕ 'ਤੇ ਆ ਗਈ ਆ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਹੈਗੀ ਡਾਇਟ, ਫਿਰ ਉਸ ਤੋਂ ਬਾਅਦ ਆਉਂਦਾ ਵਰਕਆਊਟ, ਉਸ ਤੋਂ ਬਾਅਦ ਆਉਂਦਾ ਵਾ ਰੈਸਟ। ਇਹ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਆ। ਜਦੋਂ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਹੋਊਗਾ ਨਾ, ਤੁਸੀਂ ਕਦੇ ਕੰਡਾ ਦੇਖਣਾ, ਤੱਕੜੀ ਹੋਣੀ ਜਿਹੜੀ ਹੱਥ 'ਚ ਫੜੀ ਦੀ ਹੈ ਨਾ, ਉਹਦੇ ਤਿੰਨ ਪਾਰਟ ਹੁੰਦੇ ਨੇ, ਇੱਕ ਇੱਧਰ ਹੁੰਦੀ ਆ, ਇੱਕ ਇੱਧਰ ਹੁੰਦੀ, ਸੈਂਟਰ ਦੇ ਵਿੱਚ ਜਿਹੜੀ ਚੀਜ਼ ਦੱਸਦੀ ਹੁੰਦੀ ਆ। ਜੇ ਤੁਸੀਂ ਇੱਧਰ ਵੱਟੇ ਵੱਧ ਪਾ ਲਉਂਗੇ ਨਾ, ਉਹ ਇੱਧਰਲਾ ਪਾਸਾ ਚੱਕਿਆ ਜਾਂਦਾ ਵਾ। ਜੇ ਤੁਸੀਂ ਇੱਧਰ ਪਾ ਦੋਗੇ ਚੀਜ਼, ਜਿੱਧਰ ਵੀ ਚੀਜ਼ ਘੱਟ ਵੱਧ ਹੀ ਹੋਊਗੀ, ਉਹ ਹੁੰਦੀ ਨਹੀਂ। ਜਦੋਂ ਚੀਜ਼ਾਂ ਦਾ ਬੈਲੈਂਸ ਹੋ ਜਾਂਦਾ, ਉਹ ਦੋਨੇ ਚੀਜ਼ਾਂ ਦਾ ਬੈਲੈਂਸ ਹੋ ਜਾਂਦਾ, ਅਤੇ ਉਹ ਚੀਜ਼ ਨੋਰਮਲੀ ਆ ਜਾਂਦੀ, ਪਤਾ ਲੱਗ ਜਾਂਦਾ ਵੀ ਇਹ ਤੂੰ ਬਿਲਕੁਲ ਸਹੀ ਚੱਲਦੇ ਪਏ ਹਾਂ ਅਸੀਂ। ਸੋ ਇਸ ਲਈ ਇਹ ਚੀਜ਼ਾਂ ਦਾ ਕੰਬੀਨੇਸ਼ਨ ਆ ਜਿਹੜੀ ਸਭ ਤੋਂ ਬਹੁਤ ਜ਼ਿਆਦਾ ਜ਼ਰੂਰੀ ਆ, ਵੈਰੀ ਵੈਰੀ ਇੰਪੋਰਟੈਂਟ ਆ, ਉਹ ਸਾਡੇ ਲਈ ਹੈਗੀ ਹੈ ਜੀ ਡਾਇਟ। ਜੇ ਅਸੀਂ ਡਾਇਟ ਫੋਲੋ ਨਹੀਂ ਕਰਾਂਗੇ ਨਾ, ਤਾਂ ਤੁਸੀਂ ਜਿੰਨਾ ਮਰਜ਼ੀ ਵਰਕਆਊਟ ਕਰ ਲਓ, ਜਿੰਨੀ ਮਰਜ਼ੀ ਰੈਸਟ ਕਰ ਲਓ, ਤੁਹਾਡਾ ਬੋਡੀ ਵੇਟ ਨਹੀਂ ਘਟੇਗਾ, ਤੁਹਾਡੀ ਬੋਡੀ ਖਰਾਬ ਹੀ ਹੋਵੇਗੀ। ਜੇ ਤੁਸੀਂ ਡਾਇਟ ਨੂੰ ਫੋਲੋ ਨਹੀਂ ਕਰੋਗੇ, ਤੁਹਾਡੀ ਬੋਡੀ ਖਰਾਬ ਹੋਵੇਗੀ, ਤੁਹਾਡਾ ਵੇਟ ਨਹੀਂ ਘਟੇਗਾ। ਜੇ ਤੁਸੀਂ ਥੋੜ੍ਹਾ ਜਿਹਾ ਵਰਕਆਊਟ ਘੱਟ ਕਰ ਲਉਂਗੇ, ਚੱਲ ਜੂਗਾ। ਰੈਸਟ ਥੋੜ੍ਹੀ ਜਿਹੀ ਘੱਟ ਕਰ ਲਉਂਗੇ, ਚੱਲ ਜੂਗਾ। ਜੇ ਤੁਸੀਂ ਡਾਇਟ ਘਟਾਤੀ ਨਾ, ਫਿਰ ਨਹੀਂ ਚੱਲੇਗਾ। ਡਾਇਟ ਤੁਹਾਨੂੰ ਲੈਣੀ ਪਵੇਗੀ, ਟਾਈਮ 'ਤੇ ਡਾਇਟ ਖਾਣੀ ਪਵੇਗੀ, ਅਤੇ ਕਿਹੜੀ ਚੀਜ਼ ਖਾਣੀ ਆ ਉਹਦੇ 'ਤੇ ਵੀ ਖਾਸ ਧਿਆਨ ਦੇਣਾ ਪਊਗਾ। ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸੂੰਗਾ ਜਿਹੜੀ ਚੀਜ਼ ਤੁਸੀਂ ਨਹੀਂ ਖਾਣੀ ਹੈਗੀ, ਤੁਸੀਂ ਡਾਇਟ ਕੀ ਖਾਣੀ ਆ ਉਹਦੇ 'ਤੇ ਮੈਂ ਆਲਰੇਡੀ ਪਹਿਲਾਂ ਵੀਡੀਓ ਬਣਾਤੀ ਆ, 10 ਦਿਨ ਦੀ ਡਾਇਟ ਆ ਜਿਹੜੀ ਤੁਹਾਡੀ ਮੈਂ ਸੈੱਟ ਕਰ ਦਿੱਤੀ ਆ। ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਹੈਗੀ ਤਾਂ ਪਲੀਜ਼ ਇੱਕ ਵਾਰੀ ਜਾ ਕੇ ਮੇਰੀ ਉਹ ਵੀਡੀਓ ਦੇਖੋ। ਅਤੇ ਹੁਣ ਆਪਾਂ ਗੱਲ ਕਰਦੇ ਵੀ ਤੁਸੀਂ ਜਿਹੜੀ ਚੀਜ਼ ਤੁਸੀਂ ਨਹੀਂ ਖਾਣੀ ਹੈਗੀ ਉਹ ਕਿਹੜੀ ਚੀਜ਼ ਆ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਮਿੱਠੀਆਂ ਚੀਜ਼ਾਂ ਤੁਸੀਂ ਬਿਲਕੁਲ ਨਹੀਂ ਖਾਣੀਆਂ ਹੈਗੀਆਂ ਜੀ। ਸਵੀਟ ਡਿਸ਼ਾ ਜਿਹਦੇ ਵਿੱਚ ਮੰਨ ਕੇ ਚੱਲੋ ਕੋਈ ਵੀ, ਚਾਹੇ ਖੰਡ ਵਾ, ਚਾਹੇ ਗੁੜ ਵਾ, ਚਾਹੇ ਸ਼ੱਕਰ ਆ, ਜਾਂ ਫਿਰ ਮੰਨ ਕੇ ਚੱਲੋ ਰਸਗੁੱਲੇ, ਗੁਲਾਬ ਜਾਮੁਨ, ਜਿਹਦੇ ਵਿੱਚ ਯਾਰ ਮਿੱਠੀਆਂ ਚੀਜ਼ਾਂ ਨੇ, ਚੋਕਲੇਟ ਵੀ, ਕੁਛ ਵੀ ਨਹੀਂ ਖਾਣਾ ਹੈਗਾ। ਨੰਬਰ ਤਾਂ ਹੈਗਾ, ਨੰਬਰ 2 ਤੇ ਆ ਗਈ ਤਲੀਆਂ ਚੀਜ਼ਾਂ ਵੀ ਤੁਸੀਂ ਬਿਲਕੁਲ ਨਹੀਂ ਖਾਣੀਆਂ ਹੈਗੀਆਂ, ਇਹ ਅਵੋਇਡ ਕਰ ਦਿਓ। ਕਿਸੇ ਵੀ ਤਰ੍ਹਾਂ ਦਾ ਓਇਲ ਨਹੀਂ ਖਾਣਾ ਹੈਗਾ, ਨਾ ਰਿਫਾਈਂਡ ਖਾਣਾ ਹੈਗਾ, ਨਾ ਹੋਰ ਕੁਛ ਖਾਣਾ, ਤੇਲ ਕੁਛ ਵੀ ਨਹੀਂ ਖਾਣਾ, ਪਕੌੜਾ ਕੁਛ ਵੀ ਨਹੀਂ, ਤਲੀ ਚੀਜ਼ ਨਹੀਂ ਖਾਣੀ। ਨੰਬਰ 3 ਤੇ ਆ ਜਾਂਦਾ ਜੀ ਬਿਸਕੁਟ ਵਗੈਰਾ। ਕਈ ਮੇਰੇ ਭੈਣ ਭਰਾ ਹੈਗੇ ਨੇ ਜਿਹੜੇ ਕਹਿੰਦੇ ਵੀ ਵੀਰ ਜੀ ਸਾਡਾ ਬਿਸਕੁਟ ਖਾਣ ਨੂੰ ਬੜਾ ਦਿਲ ਕਰਦਾ, ਬਿਸਕੁਟ ਤੁਸੀਂ ਬਿਲਕੁਲ ਵੀ ਨਹੀਂ ਖਾਣੇ ਹੈਗੇ ਮਾਰਕੀਟ ਤੋਂ ਵੀ ਚੁੱਲ੍ਹੇ ਆ ਗਏ, ਖਾਸ ਕਰਕੇ ਬਿਸਕੁਟ ਅਤੇ ਨਮਕੀਨ। ਕਈ ਮੇਰੀਆਂ ਭੈਣਾਂ ਹੈਗੀਆਂ ਨੇ ਜਿਹੜੀਆਂ ਨਮਕੀਨ ਖਾਂਦੀਆਂ ਬਹੁਤ ਜ਼ਿਆਦਾ ਸ਼ੌਕੀਨ ਹੁੰਦੀਆਂ, ਉਹ ਨਮਕੀਨ ਛੱਡ ਨਹੀਂ ਸਕਦੀਆਂ, ਬਟ ਆਪਾਂ ਨਮਕੀਨ ਨਹੀਂ ਖਾਣਾ। ਦੇਖੋ, ਮੈਂ ਤੁਹਾਨੂੰ ਹੁਣੇ ਕਹਿੰਦਾ ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਨਾ, ਜਾਂ ਤਾਂ ਦੇਖੋ ਜੀ ਤੁਹਾਡੀ ਸਿਹਤ ਆ, ਜਾਂ ਫਿਰ ਤੁਹਾਡੀ ਜੀਭ ਦਾ ਸਵਾਦ ਆ, ਜਾਂ ਤਾਂ ਤੁਸੀਂ ਆਪਣੀ ਜੀਭ ਦੇ ਸਵਾਦ ਨੂੰ ਤੁਸੀਂ ਚੂਜ਼ ਕਰ ਲਓ, ਜਾਂ ਫਿਰ ਤੁਸੀਂ ਆਪਣੀ ਬੋਡੀ ਵੇਟ ਨੂੰ ਘਟਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਹੈਲਥ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਜਾਂ ਤੁਸੀਂ ਉਹ ਦੇਖ ਲਓ, ਜਾਂ ਤੁਸੀਂ ਆਪਣਾ ਸਵਾਦ ਦੇਖ ਲਓ, ਜਾਂ ਫਿਰ ਚੰਗੀ ਜ਼ਿੰਦਗੀ ਦੇਖ ਲਓ। ਦੇਖੋ, ਜਦੋਂ ਤੁਸੀਂ ਆਹ 4 ਚੀਜ਼ਾਂ 5 ਚੀਜ਼ਾਂ ਛੱਡੋਗੇ ਨਾ, ਇਹ ਸਟਾਰਟਿੰਗ ਦੇ ਵਿੱਚ ਔਖਾ ਹੋਊਗਾ, ਬਿਲਕੁਲ ਤੁਹਾਨੂੰ ਸਟਾਰਟਿੰਗ ਦੇ ਵਿੱਚ ਔਖਾ ਹੋਊਗਾ, ਉਹ ਵੀ ਕਿੰਨਾ, 7 ਤੋਂ ਲੈ ਕੇ 10 ਦਿਨ। ਬਸ 7 ਤੋਂ 10 ਦਿਨ ਹੀ ਔਖੇ ਹੋਵੋਗੇ ਤੁਸੀਂ ਜਦੋਂ ਇਹ ਚੀਜ਼ਾਂ ਛੱਡੋਗੇ, ਉਹ ਤੋਂ ਬਾਅਦ ਤੁਹਾਡੀ ਆਦਤ ਬਣ ਜਾਣੀ, ਤੁਹਾਡੇ ਡੇਲੀ ਨਹੀਂ ਕਰਨਾ ਹੈਗਾ।
ਜੇ ਮੰਨ ਕੇ ਚਲੋ ਕੋਈ ਚੀਜ਼ ਵੀ ਤੁਹਾਡੇ ਵਾਸਤੇ ਲੈ ਕੇ ਆਊਗਾ ਨਾ, ਕੋਈ ਕਹੂਗਾ ਵੀਰ ਜੀ ਮਿੱਠਾ ਖਾ ਲਓ, ਭੈਣ ਜੀ ਮਿੱਠਾ ਖਾ ਲਓ, ਤੁਸੀਂ ਕਹਿੰਦਾ ਨਹੀਂ ਵੀਰ ਜੀ ਮੈਂ ਨਹੀਂ ਖਾਣਾ ਹੈਗਾ। ਜੋ ਕੋਈ ਕਹੂਗਾ ਨਾ ਵੀਰ ਜੀ ਬਿਸਕੁਟ ਖਾ ਲਓ, ਤੁਸੀਂ ਕਹਿੰਦਾ ਨਹੀਂ ਜੀ ਮੈਂ ਨਹੀਂ ਖਾਣਾ ਹੈਗਾ। ਜੋ ਕੋਈ ਤੁਹਾਨੂੰ ਕਹੂਗਾ ਨਾ ਕਿ ਵੀਰ ਜੀ ਨਮਕੀਨ ਖਾ ਲਓ, ਤੁਸੀਂ ਕਹਿੰਦਾ ਨਹੀਂ ਯਾਰ ਮੈਂ ਨਹੀਂ ਖਾਣਾ ਹੈਗਾ, ਮੇਰਾ ਦਿਲ ਨਹੀਂ ਕਰਦਾ। ਕੋਈ ਸਾਡੀ ਬੋਡੀ ਆ ਉਹ ਉੱਦਾਂ ਦੀ ਸਾਡੀ ਬੋਡੀ ਸਾਡੀ ਬਣ ਜਾਂਦੀ ਆ। ਅਸੀਂ ਦੇਖੋ ਇਹ ਸਾਡੇ 'ਤੇ ਡਿਪੈਂਡ ਕਰਦਾ ਵਾ ਵੀ ਅਸੀਂ ਆਪਣੀ ਬੋਡੀ ਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਹਾਂ। ਜੇ ਅਸੀਂ ਆਪਣੀ ਬੋਡੀ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ ਤਾਂ ਸਾਡੀ ਬੋਡੀ ਵਧੀਆ ਬਣ ਜਾਏਗੀ। ਜੇ ਅਸੀਂ ਆਪਣੀ ਬੋਡੀ ਨੂੰ ਮਾੜਾ ਬਣਾਉਣਾ ਚਾਹੁੰਦੇ ਹਾਂ, ਮੋਟਾ ਬਣਾਉਣਾ ਚਾਹੁੰਦੇ ਹਾਂ, ਗੰਦੀ ਜੀ ਬਣਾਉਣਾ ਚਾਹੁੰਦੇ, ਸਾਡੀ ਬੋਡੀ ਗੰਦੀ ਬਣ ਜੂਗੀ। ਸੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਆਪਣੀ ਬੋਡੀ ਨੂੰ ਕਿਵੇਂ ਦਾ ਬਣਾਉਣਾ ਵਾ। ਇਹ ਚੀਜ਼ਾਂ ਅਵੋਇਡ ਕਰ ਦਿਓ। ਇੱਕ ਹੈਗੀ ਹੈ ਚਾਹ, ਚਾਹ ਪੀਣੀ ਬੰਦ ਕਰ ਦਿਓ। ਜੇ ਚਾਹ ਤੁਸੀਂ ਬੰਦ ਨਹੀਂ ਕਰ ਸਕਦੇ ਕਿ ਕੋਈ ਚੱਕਰ ਨਹੀਂ ਕਿ ਦਿਨ ਦੇ ਵਿੱਚ ਤੁਸੀਂ 5 ਵਾਰ ਪੀਂਦੇ ਸੀ ਨਾ, ਤਾਂ ਤੁਸੀਂ 2 ਵਾਰ ਕਰ ਦਿਓ। 2 ਵਾਰ ਕਰ ਦਿਓ। ਇਹਦੇ ਵਿੱਚ ਤੁਸੀਂ ਕੀ ਕਰਨਾ ਵਾ, ਚਾਹ ਦੇ ਵਿੱਚ ਤੁਸੀਂ ਫਿੱਕੀ ਪੀਣੀ ਆ, ਮਿੱਠਾ ਨਹੀਂ ਪਾਉਣਾ ਹੈਗਾ। ਕੌਫੀ ਪੀ ਲਓ, ਕੌਫੀ ਤੁਸੀਂ ਫਿੱਕੀ ਪੀਣੀ ਆ, ਠੀਕ ਹੈ ਜੀ। ਅਤੇ ਤੁਸੀਂ ਚਾਹ ਵੀ ਫਿੱਕੀ ਪੀਣੀ ਆ, ਕੌਫੀ ਫਿੱਕੀ ਪੀਣੀ ਆ ਅਤੇ ਚਾਹ ਵੀ ਫਿੱਕੀ ਪੀਣੀ ਆ, ਮਿੱਠਾ ਨਹੀਂ ਪਾਉਣਾ ਹੈਗਾ ਇਹਦੇ ਵਿੱਚ। ਜੇ ਤੁਸੀਂ ਮਿੱਠਾ ਪਾਉਣਾ ਵੀ ਨਾ, ਬਾਜ਼ਾਰ ਦੇ ਵਿੱਚ ਸ਼ੂਗਰ ਫਰੀ, ਸ਼ੂਗਰ ਫਰੀ ਮਿਲਦੀ ਆ, ਇੱਕ ਨੈਚੁਰਲ ਦੀ, ਨੈਚੁਰਲ ਦੀ ਸ਼ੂਗਰ ਫਰੀ ਮਿਲਦੀ, ਮੈਂ ਤੁਹਾਨੂੰ ਸਕਰੀਨ 'ਤੇ ਦਿਖਾ ਵੀ ਦਿੰਦਾ ਵਾ, ਇੱਦਾਂ ਦੀ ਮਿਲਦੀ ਆ। ਤੁਸੀਂ ਉਹ ਚੀਜ਼ ਨੂੰ ਤੁਸੀਂ ਲਿਆ ਕੇ ਤੁਸੀਂ ਆਪਣੀ ਚਾਹ ਦੇ ਵਿੱਚ, ਆਪਣੀ ਕੌਫੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਅਤੇ ਪੀ ਸਕਦੇ ਹੋ ਤੁਸੀਂ। ਇਹ ਚੀਜ਼ਾਂ ਦੇਖੋ, ਵੇਟ ਘਟਾਉਣੀ ਆ ਤਾਂ ਇਹ ਚੀਜ਼ਾਂ ਨੂੰ ਤੁਹਾਨੂੰ ਖਤਮ ਕਰਨਾ ਪਵੇਗਾ। ਇਹਦੇ ਨਾਲ ਇਕੱਲਾ ਤੁਹਾਡਾ ਵੇਟ ਨਹੀਂ ਘਟੇਗਾ, ਜੇ ਤੁਸੀਂ ਇਹ ਚੀਜ਼ਾਂ ਛੱਡ ਦਿਓ ਨਾ, ਇਕੱਲਾ ਤੁਹਾਡਾ ਵੇਟ ਨਹੀਂ ਘਟੇਗਾ, ਇਹਦੇ ਨਾਲ ਤੁਹਾਡੀ ਬੋਡੀ ਬਹੁਤ ਸੋਹਣੀ ਬਣ ਜਾਏਗੀ। ਤੁਸੀਂ 100 ਬਿਮਾਰੀਆਂ ਤੋਂ ਬਚ ਜਾਓਗੇ, 100 ਬਿਮਾਰੀਆਂ ਤੁਹਾਡੇ ਤੋਂ ਦੂਰ ਜਾਣਗੀਆਂ। ਜੇ ਤੁਸੀਂ ਇਹ ਚੀਜ਼ਾਂ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਘੱਟੋ ਘੱਟ 100 ਬਿਮਾਰੀਆਂ ਚਿੰਬੜ ਜਾਣਗੀਆਂ, ਅਗੇ ਤਾਂ ਤੁਸੀਂ ਬੜੀ ਛੇਤੀ ਬਿਮਾਰ ਪੈ ਜਾਓਗੇ। ਜਿੱਥੇ ਤੁਸੀਂ 70-80 ਸਾਲ ਆਪਣੀ ਜ਼ਿੰਦਗੀ ਜੀਵਨ ਜਿਉਣੀ ਸੀ, ਉਹ ਤੋਂ ਤੁਸੀਂ 40-50 ਸਾਲ ਹੀ ਆਪਣੀ ਜ਼ਿੰਦਗੀ ਜੀਵ ਸਕੋਗੇ। ਸੋ ਇਸ ਚੀਜ਼ਾਂ ਨੂੰ ਤੁਸੀਂ ਛੱਡ ਦਿਓ ਬਿਲਕੁਲ। ਆਪਣਾ ਜੀਵਨ ਵਧੀਆ ਬਤੀਤ ਕਰਨਾ ਚਾਹੁੰਦੇ ਹੋ, ਹਮੇਸ਼ਾ ਫਿੱਟ ਰਹਿਣਾ ਚਾਹੁੰਦੇ ਹੋ, ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਜਿਹੜੀ ਮੈਂ ਤੁਹਾਨੂੰ ਡਾਇਟ ਦੱਸੀ ਹੋਈ ਆ ਉਹ ਡਾਇਟ ਦੇ ਮੁਤਾਬਿਕ ਚੱਲੋ। ਦੇਖੋ ਜੇ ਗੰਦ ਮੰਦ ਖਾਓਗੇ ਨਾ ਤਾਂ ਤੁਹਾਡੀ ਬੋਡੀ ਖਰਾਬ ਹੋਊਗੀ, ਬੋਡੀ ਖਰਾਬ ਹੋਣ ਤੋਂ ਬਾਅਦ ਤੁਸੀਂ ਜਿਹੜੇ ਪੈਸੇ ਆ ਡਾਕਟਰ ਨੂੰ ਦੇਵੋਗੇ, ਤੁਹਾਡੀ ਸਿਹਤ ਵੀ ਖਰਾਬ ਹੋ ਰਹੀ ਆ ਅਤੇ ਤੁਹਾਡੇ ਪੈਸੇ ਵੀ ਆ ਜਿਹੜੇ ਉਹ ਖਰਾਬ ਹੋ ਰਹੇ ਆ। ਸੋ ਇਸ ਕਰਕੇ ਅੱਜ ਹੀ ਸੁਧਰ ਜਾਓ, ਇਹ ਜਿਹੜੀਆਂ ਗੰਦੀਆਂ ਮੰਦੀਆਂ ਚੀਜ਼ਾਂ ਨੂੰ ਖਾਣਾ ਤੁਸੀਂ ਬੰਦ ਕਰ ਦਿਓ ਬਿਲਕੁਲ ਜੀ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ, ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਮੇਰੀ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਜੀ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ, ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ। ਸੋ ਦੋਸਤੋ, ਮਿਲਦਾ ਬਹੁਤ ਜਲਦੀ ਇੱਕ ਨਵੀਂ ਅਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।